ਸੜਕ ਤੇ ਖੜੀ ਇੱਕ ਬਜ਼ੁਰਗ ਔਰਤ ਦੇ ਕੋਲੋਂ ਪਰਸ ਖੋਣ ਦਾ ਮਾਮਲਾ ਸਾਹਮਣੇ ਆਇਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਔਰਤ ਕਾਰ ਦੇ ਕੋਲ ਖੜੀ ਹੁੰਦੀ ਹੈ ਤੇ ਉਸਦੇ ਹੱਥ ਦੇ ਵਿੱਚ ਪਰਸ ਫੜਿਆ ਹੁੰਦਾ, ਪਰ ਇੰਨੇ ਦੇ ਵਿੱਚ ਸਾਹਮਣੇ ਤੋਂ ਹੀ ਸਕੂਟੀ ਦੇ ਉੱਤੇ ਸਵਾਰ ਹੋ ਕੇ ਦੋ ਝਪਟਮਾਰ ਆਉਂਦੇ ਨੇ ਤੇ ਬਜ਼ੁਰਗ ਔਰਤ ਦਾ ਪਰਸ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਸ ਖੋਣ ਦੀ ਘਟਨਾ ਦੇ ਵਿੱਚ ਜੋ ਬਜ਼ੁਰਗ ਹੈ ਉਹ ਜ਼ਮੀਨ ਦੇ ਉੱਤੇ ਡਿੱਗ ਪੈਂਦੀ ਹੈ, ਜਿਸ ਦੇ ਕਾਰਨ ਉਸਦੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪਰ ਸਾਰੀ ਹੀ ਘਟਨਾ ਕੋਲ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਵਿਅਕਤੀ ਅਤੇ ਔਰਤ ਆਪਣੀ ਕਾਰ ਦੇ ਕੋਲ ਖੜ੍ਹੇ ਹੁੰਦੇ ਨੇ ਅਤੇ ਜਿਵੇਂ ਹੀ ਉਹ ਆਪਣੀ ਕਾਰ ਦੇ ਵਿੱਚ ਕਿਹਾ ਜਾ ਰਿਹਾ ਕਿ ਬੈਠਣ ਲੱਗਦੇ ਨੇ ਤਾਂ ਪਿੱਛੋਂ ਦੀ ਸਕੂਟੀ ਦੇ ਉੱਤੇ ਸਵਾਰ ਹੋ ਕੇ ਦੋ ਬਦਮਾਸ਼ ਆਉਂਦੇ ਨੇ, ਝਪਟਮਾਰ ਆਉਂਦੇ ਨੇ ਅਤੇ ਬਜ਼ੁਰਗ ਦੇ ਹੱਥੋਂ ਪਰਸ ਖੋ ਲਿਆ ਜਾਂਦਾ। ਹਾਲਾਂਕਿ ਇਸ ਖੋਣ ਦੀ ਘਟਨਾ ਦੇ ਵਿੱਚ ਬਜ਼ੁਰਗ ਜ਼ਮੀਨ 'ਤੇ ਡਿੱਗ ਜਾਂਦੀ ਹੈ ਅਤੇ ਜੋ ਬਦਮਾਸ਼ ਨੇ, ਜੋ ਝਪਟਮਾਰ ਨੇ, ਉਹਨਾਂ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ। ਹਾਲਾਂਕਿ ਸਕੂਟੀ ਦੇ ਉੱਤੇ ਉਹ ਸਵਾਰ ਹੋ ਕੇ ਆਉਂਦੇ ਨੇ, ਉਹਨਾਂ ਦੇ ਮੂੰਹ ਵੀ ਜੋ ਹੈ ਉਹ ਢੱਕੇ ਹੋਏ ਨਹੀਂ ਨੇ। ਹਾਲਾਂਕਿ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਵੀ ਸੀਸੀਟੀਵੀ ਦੇ ਆਧਾਰ 'ਤੇ ਜੋ ਦੋਸ਼ੀ ਨੇ ਉਹਨਾਂ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ। ਤਾਂ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਸ਼ਰੇਆਮ ਸੜਕ ਦੇ ਉੱਤੇ ਦਿਨ ਦਿਹਾੜੇ ਝਪਟਮਾਰਾਂ ਦੇ ਵੱਲੋਂ ਇੱਕ ਬਜ਼ੁਰਗ ਔਰਤ ਦਾ ਪਰਸ ਖੋਇਆ ਗਿਆ। ਸੜਕ ਤੇ ਖੜੀ ਇੱਕ ਬਜ਼ੁਰਗ ਔਰਤ ਦੇ ਕੋਲੋਂ ਪਰਸ ਖੋਣ ਦਾ ਮਾਮਲਾ ਸਾਹਮਣੇ ਆਇਆ ਤੇ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਔਰਤ ਕਾਰ ਦੇ ਕੋਲ ਖੜ੍ਹੀ ਹੁੰਦੀ ਹੈ ਤੇ ਉਸਦੇ ਹੱਥ ਦੇ ਵਿੱਚ ਪਰਸ ਫੜਿਆ ਹੁੰਦਾ, ਪਰ ਇੰਨੇ ਦੇ ਵਿੱਚ ਸਾਹਮਣੇ ਤੋਂ ਹੀ ਸਕੂਟੀ ਦੇ ਉੱਤੇ ਸਵਾਰ ਹੋ ਕੇ ਦੋ ਝਪਟਮਾਰ ਆਉਂਦੇ ਨੇ ਤੇ ਬਜ਼ੁਰਗ ਔਰਤ ਦਾ ਪਰਸ ਖੋ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਇਸ ਖੋਣ ਦੀ ਘਟਨਾ ਦੇ ਵਿੱਚ ਜੋ ਬਜ਼ੁਰਗ ਹੈ ਉਹ ਜ਼ਮੀਨ ਦੇ ਉੱਤੇ ਡਿੱਗ ਪੈਂਦੀ ਹੈ, ਜਿਸ ਦੇ ਕਾਰਨ ਉਸਦੇ ਕਾਫ਼ੀ ਗੰਭੀਰ ਸੱਟਾਂ ਲੱਗੀਆਂ ਨੇ ਅਤੇ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਪਰ ਸਾਰੀ ਹੀ ਘਟਨਾ ਕੋਲ ਲੱਗੇ ਇੱਕ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਬਜ਼ੁਰਗ ਵਿਅਕਤੀ ਅਤੇ ਔਰਤ ਆਪਣੀ ਕਾਰ ਦੇ ਕੋਲ ਖੜ੍ਹੇ ਹੁੰਦੇ ਨੇ ਅਤੇ ਜਿਵੇਂ ਹੀ ਉਹ ਆਪਣੀ ਕਾਰ ਦੇ ਵਿੱਚ ਕਿਹਾ ਜਾ ਰਿਹਾ ਕਿ ਬੈਠਣ ਲੱਗਦੇ ਨੇ ਤਾਂ ਪਿੱਛੋਂ ਦੀ ਸਕੂਟੀ ਦੇ ਉੱਤੇ ਸਵਾਰ ਹੋ ਕੇ ਦੋ ਬਦਮਾਸ਼ ਆਉਂਦੇ ਨੇ, ਝਪਟਮਾਰ ਆਉਂਦੇ ਨੇ ਅਤੇ ਬਜ਼ੁਰਗ ਦੇ ਹੱਥੋਂ ਪਰਸ ਖੋ ਲਿਆ ਜਾਂਦਾ। ਹਾਲਾਂਕਿ ਇਸ ਖੋਣ ਦੀ ਘਟਨਾ ਦੇ ਵਿੱਚ ਬਜ਼ੁਰਗ ਜ਼ਮੀਨ 'ਤੇ ਡਿੱਗ ਜਾਂਦੀ ਹੈ ਅਤੇ ਜੋ ਬਦਮਾਸ਼ ਨੇ, ਜੋ ਝਪਟਮਾਰ ਨੇ, ਉਹਨਾਂ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈਆਂ। ਹਾਲਾਂਕਿ ਸਕੂਟੀ ਦੇ ਉੱਤੇ ਉਹ ਸਵਾਰ ਹੋ ਕੇ ਆਉਂਦੇ ਨੇ, ਉਹਨਾਂ ਦੇ ਮੂੰਹ ਵੀ ਜੋ ਹੈ ਉਹ ਢੱਕੇ ਹੋਏ ਨਹੀਂ ਨੇ। ਹਾਲਾਂਕਿ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ ਅਤੇ ਪੁਲਿਸ ਵੀ ਸੀਸੀਟੀਵੀ ਦੇ ਆਧਾਰ 'ਤੇ ਜੋ ਦੋਸ਼ੀ ਨੇ ਉਹਨਾਂ ਦੀ ਭਾਲ ਦੇ ਵਿੱਚ ਲੱਗੀ ਹੋਈ ਹੈ। ਤਾਂ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਸ਼ਰੇਆਮ ਸੜਕ ਦੇ ਉੱਤੇ ਦਿਨ ਦਿਹਾੜੇ ਝਪਟਮਾਰਾਂ ਦੇ ਵੱਲੋਂ ਇੱਕ ਬਜ਼ੁਰਗ ਔਰਤ ਦਾ ਪਰਸ ਖੋਇਆ ਗਿਆ।